चांदनी चौंक वाली थां ते अज तां बहुत वड्डा बाजार बन गया उत्ते, पर उस टाइम ते कच्चे राह ने नेरी चली ते नेरी दे विच इन्ना क मिट्टी घट्टा उड्डिया, जणी कि इउं कह लो रब ने साथ दित्ता गुरु दे सिखां दा। इह नेरी दे विच पहरेदार सब शैड ते हो गए हवा दे विच ओला करके खड़ गए, पर रब दे प्यारिआं ने धड़ सीस चुक के अपने अपने राहे पै गए। लखी शाह बनजारा अपने घर वल धड़ लै गया ते बाबा जेता जी लंबियां लंबियां कदमां दे नाल चादरां दे विच लपेट के गुरु पातशाह दा सीस ते अपनी छाती नाल लाया ते आनंदपुर साहब दे राहे वल पै गया। हुण इत्थे इक सवाल सीगा अपना भी गुरु साहब दा सीस दिल्ली तों आनंदपुर साहब पहुंचिआ, इत्थे आपां रुकांगे, बाकी दा अगला पिछला इतिहास तुसीं जाणदे हो ते सुणदे हो, बहुत वारी सुणिआ आपां लड़ी मुताबक पढ़ रहे हां तां आपां नूं बोलणा पै रिहा हैगा, पर तुसीं सुणिआ सारिआं ने वी की होइआ किवें नहीं होइआ, पर विच्चों मेन नुक्ते नुक्ता की हैगा, सीस आनंदपुर साहब लिआउण दी की लोड़ पई, धड़ दिल्ली दे विच रहि गिआ, ਚਾਹੁੰਦੇ ਸੀਸ ਦਾ ਦਿੱਲੀ ਦੇ ਵਿੱਚ ਬਹੁਤ ਸੋਹਣੇ ਢੰਗ ਦੇ ਨਾਲ ਸੁਚੱਜੇ ਢੰਗ ਦੇ ਨਾਲ ਸੰਸਕਾਰ ਕੀਤਾ ਜਾ ਸਕਦਾ ਸੀ, ਤੇ ਗੁਰੂ ਦੇ ਸਿੱਖ ਚਾਹੁੰਦੇ ਧੜ ਵੀ ਆਨੰਦਪੁਰ ਸਾਹਿਬ ਆ ਸਕਦੀ ਸੀ, ਕੋਈ ਵੱਡੀ ਗੱਲ ਨਹੀਂ, ਜੇ ਸੀਸ ਲਿਆਂਦਾ ਜਾ ਸਕਦਾ ਨਾ ਤੇ ਧੜ ਵੀ ਗੁਰੂ ਸਾਹਿਬ ਦਾ ਆਨੰਦਪੁਰ ਸਾਹਿਬ ਲਿਆਂਦਾ ਜਾ ਸਕਦਾ ਸੀ। ਇੱਥੇ ਨੰਬਰ 1 ਤੇ ਸਭ ਤੋਂ ਵੱਡਾ ਪੁਆਇੰਟ, ਜਦੋਂ ਗੁਰੂ ਪਾਤਸ਼ਾਹ ਦਿੱਲੀ ਨੂੰ ਰਵਾਨਾ ਹੋਏ ਨੇ ਆਨੰਦਪੁਰ ਸਾਹਿਬ ਦੇ ਵਿੱਚੋਂ ਤੇ ਮਾਤਾ ਗੁਜਰ ਕੌਰ ਨੂੰ ਕਿਹਾ ਸੀ ਤੈਨੂੰ ਅਸੀਂ ਪੜ੍ਹਾਵਾਂਗੇ, ਤੈਨੂੰ ਅਸੀਂ ਸਿਖਾਵਾਂਗੇ, ਤੈਨੂੰ ਅਸੀਂ ਬਹੁਤ ਵੱਡੀ ਮਤ ਦੇ ਕੇ ਜਾਣੀ ਆ, ਸੁਮਤ ਦੇ ਕੇ ਜਾਣੀ ਆ, ਜੇ ਤੈਨੂੰ ਦੁੱਖਾਂ ਨੂੰ ਝੱਲਣ ਦੀ ਬਿਰਤੀ ਦੇ ਕੇ ਜਾਣੀ ਆ ਨਾ ਤਾਂ ਉਹ ਮੇਰਾ ਸੀਸ ਦੇਵੇਗਾ, ਜੇ ਮੇਰਾ ਸੀਸ ਤੇਰੀ ਝੋਲੀ ਵਿੱਚ ਪਵੇਗਾ ਨਾ ਅੱਖਾਂ ਵਿੱਚੋਂ ਹੰਝੂ ਗਿਰ ਗਏ ਤੇ ਤੂੰ ਫੇਲ ਹੋ ਜਾਏਗੀ, ਅੱਖਾਂ ਵਿੱਚੋਂ ਹੰਝੂ ਨਾ ਡਿੱਗੇ ਤੂੰ ਪਾਸ ਹੋਵੇਂਗੀ। ਇੱਕ ਤਾਂ ਬਚਨ ਪਗਾਉਣਾ ਗੁਰੂ ਸਾਹਿਬ ਨੇ, ਇੱਕ ਰਸਤੇ 'ਚ ਬਚਨ ਹੋਰ ਪਗਾਉਣਾ ਗਾ, ਇੱਕ ਰਸਤੇ ਵਿੱਚ ਸਿੱਖ ਉਡੀਕ ਰਿਹਾ ਨਾ, ਉਹ ਤੁਹਾਡੇ ਸਾਰਿਆਂ ਦੇ ਚੇਤੇ ਹੋਊਗਾ ਭਾਈ ਦੇਵਾ ਰਾਮ ਧੋਬੀ, ਇਹਨੇ ਕਦੇ ਬੇਨਤੀ ਕੀਤੀ ਸੀ ਸੱਚੇ ਪਾਤਸ਼ਾਹ, ਹਾਂ ਤਾਂ ਮੈਂ ਗਰੀਬ ਹੀ ਧੋਬੀ ਹਾਂ, ਧੋਬੀ ਕਿਹੜਾ ਸ਼ਾਹ ਹੁੰਦਾ ਗਾ ਲੋਕਾਂ ਦੇ ਕੱਪੜੇ ਧੋਣੇ ਆ, ਹਾਂ ਤਾਂ ਮੈਂ ਗਰੀਬ ਹੀ ਪਰ ਸੱਚੇ ਪਾਤਸ਼ਾਹ ਮੇਰੇ ਮਨ ਦੀ ਭਾਵਨਾ ਕਦੇ ਮੇਰੇ ਘਰੇ ਆਈ ਤੇ ਮੈਂ ਤੈਨੂੰ ਨਾ ਰੱਜ ਰੱਜ ਕੇ ਰੋਟੀ ਖਵਾਵਾਂਗਾ, ਭਾਵਨਾ ਦੇ ਨਾਲ ਸਤਿਕਾਰ ਦੇ ਨਾਲ ਮੈਂ ਤੇਰੀ ਸੇਵਾ ਕਰੂੰਗਾ, ਤੇ ਪਾਤਸ਼ਾਹ ਨੇ ਵਚਨ ਕੀਤਾ ਸੀ ਦੇਵਾ ਰਾਮ ਆਵਾਂਗੇ ਪੁੱਤ, ਕੋਈ ਗੱਲ ਨਹੀਂ ਜ਼ਰੂਰ ਆਵਾਂਗੇ। ਅੱਛਾ ਜਿੱਥੇ ਗੁਰੂ ਨੇ ਵਚਨ ਕੀਤਾ ਗੁਰੂ ਨਹੀਂ ਵਚਨਾਂ ਤੋਂ ਟੁੱਟਦਾ, ਸਿੱਖ ਵਚਨਾਂ ਤੋਂ ਟੁੱਟ ਜਾਂਦਾ, ਇਹ ਧਿਆਨ 'ਚ ਰੱਖਿਓ ਗੱਲ, ਜੇ ਗੁਰੂ ਨੇ ਕਿਹਾ ਨਾ ਆਵਾਂਗੇ ਪਰ ਗੁਰੂ ਸਾਹਿਬ ਨੇ ਉੱਥੇ ਵੀ ਜਾਣਾ ਗਾ, ਗੁਰੂ ਸਾਹਿਬ ਨੇ ਕਿਹਾ ਗਾ ਗੁਜਰ ਕੌਰ ਨੂੰ ਮੈਂ ਤੈਨੂੰ ਬਹੁਤ ਕੁਝ ਸਿਖਾ ਕੇ ਜਾਵਾਂਗਾ, ਤਾਂ ਉੱਥੇ ਵੀ ਪਾਤਸ਼ਾਹ ਨੇ ਵਚਨ ਪਗਾਉਣਾ। ਦੋ ਨੁਕਤੇ, ਤੀਜੀ ਗੱਲ ਕੀ ਹੈ ਵੀ ਗੁਰੂ ਨੇ ਇੱਕ ਸਾਨੂੰ ਬਹੁਤ ਵੱਡੀ ਮਤ ਦਿੱਤੀ, ਕਿਸ ਰੂਪ ਚ, ਸਿੱਖ ਦੀ ਕਦੇ ਸੋਚ ਗੁਲਾਮ ਨਹੀਂ ਹੁੰਦੀ, ਹੁਣ ਸੋਚ ਦਾ ਮਾਲਕ ਹੱਥ ਆ ਸਾਡਾ ਨਾ, ਗਿੱਟੇ ਨੇ ਨਾ, ਗੋਡੇ ਆ ਨਾ, ਸੋਚ ਦਾ ਮਾਲਕ ਸਾਡਾ ਸਿਰ ਆ, ਜਿੱਥੇ ਫੁਰਨੇ ਬਣਦੇ ਨੇ ਦਿਮਾਗ 'ਚ ਹੀ ਬਣਦੇ ਨਾ, ਤੇ ਦਿਮਾਗ ਰੱਬ ਨੇ ਨਾ ਤਾਂ ਢੂਈ ਤੇ ਫਿੱਟ ਕੀਤਾ, ਨਾ ਢਿੱਡ ਤੇ, ਨਾ ਗਿੱਟੇ ਗੋਡਿਆਂ ਤੇ, ਨਾ ਹੱਥਾਂ ਤੇ, ਦਿਮਾਗ ਰੱਬ ਨੇ ਸਿਰ 'ਚ ਫਿੱਟ ਕੀਤਾ ਗਾ, ਤੇ ਦਿਮਾਗ ਜੇ ਸਿਰ 'ਚ ਆ ਤਾਂ ਸਿਰ ਕੀ ਹੈਗਾ, ਸੋਚ ਦਾ ਮਾਲਕ, ਚੰਗੀ ਸੋਚ ਦਾ ਮਾਲਕ, ਚੰਗੇ ਵਿਚਾਰਾਂ ਦਾ ਮਾਲਕ, ਸਾਰੇ ਥੌਟ, ਸਾਰੇ ਖਿਆਲ, ਸਾਰੀ ਸੋਚ ਸਾਡੇ ਦਿਮਾਗ ਦੇ ਵਿੱਚੋਂ ਬਾਹਰ ਆਉਂਦੀ ਹੈ, ਚਾਹੇ ਉਹ ਮਾੜੀ ਹੈ ਤੇ ਚਾਹੇ ਉਹ ਚੰਗੀ ਹੈ। ਹੁਣ ਗੁਰੂ ਸਾਹਿਬ ਨੇ ਗੱਲ ਸਿੱਧ ਕਰ ਦਿੱਤੀ, ਗੁਰੂ ਦਾ ਤੇ ਗੁਰੂ ਦੇ ਸਿੱਖ ਦਾ ਕਦੇ ਦਿਮਾਗ ਗੁਲਾਮ ਨਹੀਂ ਹੁੰਦਾ, ਸਰੀਰ ਗੁਲਾਮ ਹੋ ਸਕਦਾ, ਸਰੀਰ ਹੁਣ ਗੁਰੂ ਸਾਹਿਬ ਦਾ ਗੁਲਾਮ ਆ ਨਾ, ਕਿਵੇਂ ਪਿੰਜਰੇ 'ਚ ਬੰਦ ਆ, ਆਪਾਂ ਹੁਣੀ ਸੁਣ ਕੇ ਗਏ ਹਾਂ ਪਿੰਜਰੇ ਨੂੰ ਮੇਖਾਂ ਲੱਗੀਆਂ ਨੇ, ਕਿੱਡੀ ਵੱਡੀ ਮਤਲਬ ਕਿ ਉਹਨਾਂ ਦੀ ਸੋਚੀ ਸਮਝੀ ਚਾਲ ਆ ਨਾ, ਸਰੀਰ ਨੂੰ ਦੁੱਖ ਦੇ ਰਹੇ ਨੇ, ਪਰ ਸਰੀਰ ਨੂੰ ਦੁੱਖ ਮਿਲ ਰਿਹਾ, ਸਰੀਰ ਗੁਲਾਮ ਆ ਪਰ ਗੁਰੂ ਸਾਹਿਬ ਦੇ ਵਿਚਾਰ ਗੁਲਾਮ ਨਹੀਂ। ਅੱਜ ਵੀ ਉਦਾਹਰਣ ਲਾ ਲਓ, ਭਾਵੇਂ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ,
ਇਦਾਂ ਦੇ ਬਹੁਤ ਗੁਰਸਿੱਖ ਨੇ। ਚਲੋ ਆਪੋ ਆਪਣੇ ਵਿਚਾਰ ਹੁੰਦੇ ਨੇ, ਕਿਸੇ ਦਾ ਕਿੱਥੇ ਵਿਚਾਰ ਆ ਤੇ ਕਿਸੇ ਦਾ ਕਿੱਥੇ ਵਿਚਾਰ ਹੁੰਦਾ ਗਾ। ਤੇ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਵੀ ਗੱਲ ਕਹਿੰਦੇ ਸੀ ਨਾ, ਤੁਸੀਂ ਸਾਡੇ ਸਰੀਰ ਨੂੰ ਖਤਮ ਕਰਕੇ ਜਿੱਥੇ ਮਰਜ਼ੀ ਲੈ ਜਾਓ ਕੋਈ ਪਰਵਾਹ ਨਹੀਂ, ਪਰ ਆ ਦਿਮਾਗ ਨੂੰ ਤੁਸੀਂ ਕਿਤੇ ਲਿਜਾ ਨਹੀਂ ਸਕਦੇ, ਮੇਰੇ ਵਿਚਾਰ ਨਹੀਂ ਬਦਲ ਸਕਦੇ। ਵਿਚਾਰ ਬਦਲ ਜਾਓਗੇ ਤੁਸੀਂ ਜਿੱਤ ਜਾਓਗੇ, ਮੈਂ ਹਾਰ ਜਾਊਂਗਾ, ਪਰ ਜੇ ਮੇਰੇ ਵਿਚਾਰ ਨਾ ਬਦਲੋਗੇ ਤਾਂ ਤੁਸੀਂ ਹਰੋਗੇ, ਅਸੀਂ ਨਹੀਂ ਹਰਾਂਗੇ। ਮਤਲਬ ਸਿਰਾ ਜਿਹੜਾ ਇਹ ਸੋਚ ਦਾ ਮਾਲਕ ਆ, ਤੇ ਗੁਰੂ ਸਾਹਿਬ ਨੇ ਸੋਚ ਨਾ ਤਾਂ ਜਿਉਂਦੇ ਜੀ ਗੁਲਾਮ ਰੱਖੀ ਹੈ ਕਿਸੇ ਦੇ, ਤੇ ਨਾ ਮਰਨ ਤੋਂ ਬਾਅਦ। ਸੋਚ ਅਨੰਦਪੁਰ ਸਾਹਿਬ ਜਾਊਗੀ, ਵਿਚਾਰ ਅਨੰਦਪੁਰ ਸਾਹਿਬ ਜਾਣਗੇ, ਜਿਹੜਾ ਵਿਚਾਰਾਂ ਦਾ ਖਜ਼ਾਨਾ ਦਿਮਾਗ ਆ ਇਹ ਅਨੰਦਪੁਰ ਸਾਹਿਬ ਪਹੁੰਚੂਗਾ, ਅਨੰਦਪੁਰ ਸਾਹਿਬ ਜਾਊਗਾ। ਧੜ ਜਿਉਂਦਾ ਵੀ ਗੁਲਾਮ ਸੀ, ਪਿੰਜਰੇ ਚ ਬੰਦ ਸੀ, ਤੇ ਮਗਰੋਂ ਵੀ ਸੀ ਇਹ ਵਾਹਿਗੁਰੂ ਧੜ ਦਿੱਲੀ ਚ ਰਹਿਜੂ ਤਾਂ ਵੀ ਕੋਈ ਗੱਲ ਨੀ। ਇੰਨੀ ਸੇਵਾ ਧੜ ਵਾਲੀ ਲੱਖੀ ਸ਼ਾਹ ਬਣਜਾਰੇ ਨੂੰ ਦਿੱਤੀ ਆ, ਤੇ ਜਿਹੜਾ ਸੋਚ ਵਿਚਾਰ ਦਾ ਮਾਲਕ ਸਿਰ ਹੈ ਇਹ ਬਾਬਾ ਜੈਤਾ ਜੀ ਦੀ ਡਿਊਟੀ ਲੱਗੀ ਸੀ, ਤੁਸੀਂ ਅਨੰਦਪੁਰ ਸਾਹਿਬ ਲੈ ਕੇ ਪਹੁੰਚਣਾ। ਇਹ ਸੋਚ ਦਾ ਮਾਲਕ ਸਾਡਾ ਸਿਰ ਦਿੱਲੀ ਦੇ ਅਧੀਨ ਨਹੀਂ ਹੋਣਾ ਚਾਹੀਦਾ, ਇਹ ਆਜ਼ਾਦ ਹੋਣਾ ਚਾਹੀਦਾ ਹੈ। ਅਗਲੀ ਗੱਲ, ਅਗਲਾ ਨੁਕਤਾ ਕੀ ਹੈ, ਦੋ ਆਪਾਂ ਸੁਣ ਲਏ, ਬਚਨ ਪਗਾਏ ਗੁਰੂ ਸਾਹਿਬ ਨੇ, ਤੇ ਸੋਚ ਦਾ ਮਾਲਕ ਸਿਰ ਦਿੱਲੀ ਤੋਂ ਅਨੰਦਪੁਰ ਸਾਹਿਬ ਆਉਣਾ ਜ਼ਰੂਰੀ ਆ। ਹੁਣ ਅਨੰਦਪੁਰ ਸਾਹਿਬ ਦਸਵੇਂ ਪਾਤਸ਼ਾਹ ਨੇ ਕੇਸਗੜ੍ਹ ਕਿਲਾ ਉਸਾਰ ਕੇ ਸਾਨੂੰ ਉੱਥੋਂ ਕੇਸਾਂ ਦੀ ਦਾਤ ਬਖਸ਼ੀ, ਸਾਡੇ ਦਿਮਾਗ ਦੇ ਫੁਰਨੇ ਬਦਲੇ। ਉੱਥੇ ਪਹਿਲਾਂ ਸਾਡਾ ਦਿਮਾਗ ਹੋਰ ਤਰ੍ਹਾਂ ਦਾ ਸੀ, ਤੇ ਉੱਥੇ ਸਾਡਾ ਗੁਰੂ ਨਾਲ ਜੁੜ ਕੇ ਦਿਮਾਗ ਹੋਰ ਤਰ੍ਹਾਂ ਦਾ ਬਣ ਜਾਂਦਾ ਗਾ। ਫਿਰ ਜਿੱਥੇ ਆਪਾਂ ਕੱਲ ਸੁਣਿਆ ਸੀ ਨਾ, ਅਨੰਦਪੁਰ ਸਾਹਿਬ ਦੀ ਧਰਤੀ ਤੋਂ ਮਾਂ ਵੀ ਮਿਲਦੀ ਆ, ਅਨੰਦਪੁਰ ਸਾਹਿਬ ਦੀ ਧਰਤੀ ਤੋਂ ਪਿਓ ਵੀ ਮਿਲਦਾ ਗਾ। ਜਿੱਥੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਮਾਂ ਤੇ ਪਿਓ ਮਿਲਦਾ ਨਾ, ਤੇ ਉੱਥੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦਿੱਲੀੋਂ ਆਇਆ ਹੋਇਆ ਸੀਸ ਉਹ ਅੱਜ ਇੱਕ ਦਾਤ ਦੇ ਰਿਹਾ ਕਿ ਸਿੱਖਾ ਆਪਣੇ ਵਿਚਾਰ ਅਨੰਦਪੁਰ ਸਾਹਿਬ ਆਈ, ਸਾਲ ਬਾਅਦ ਗੇੜਾ ਕੱਢ ਕੇ ਜਾਈ ਪੁੱਤ, ਨਹੀਂ ਸਾਲ ਦੋ ਸਾਲਾਂ ਬਾਅਦ ਤਿੰਨ ਸਾਲਾਂ ਬਾਅਦ ਜਦੋਂ ਤੇਰਾ ਟਾਈਮ ਮਿਲਿਆ ਤੂੰ ਜ਼ਰੂਰ ਆਈ। ਜਦੋਂ ਤੂੰ ਅਨੰਦਪੁਰ ਸਾਹਿਬ ਆਵੇਂਗਾ ਨਾ, ਜਿੱਥੇ ਤੇਰੇ ਦਿਮਾਗ ਦੇ ਖਿਆਲ ਮਾੜੇ ਨੇ ਤੇ ਮੈਂ ਇਹ ਤੇਰੇ ਦਿਮਾਗ ਦੇ ਖਿਆਲ ਇੱਥੇ ਰੱਖ ਲੂੰ, ਤੇ ਮੈਂ ਆਪਣੇ ਦਿਮਾਗ ਦੇ ਖਿਆਲ ਤੇਰੇ ਦਿਮਾਗ ਵਿੱਚ ਟਕਾ ਦੂੰ, ਮੇਰਾ ਦਿਮਾਗ ਕਿਹੋ ਜਿਹਾ ਤੇ ਤੇਰਾ ਦਿਮਾਗ ਕਿਹੋ ਜਿਹਾ, ਜਾਨੀ ਕਿ ਮੇਰੇ ਵਿਚਾਰ ਕਿਹੋ ਜਿਹਾ, ਪਾਤਸ਼ਾਹ ਕਹਿੰਦੇ ਤੇਰੇ ਵਿਚਾਰ ਕਿਹੋ ਜਿਹਾ, ਆਪਾਂ ਨਾ ਵਿਚਾਰਾਂ ਦੀ ਸਾਂਝ ਪਾਵਾਂਗੇ, ਜਿਹਨੂੰ ਆਪਾਂ ਕਹਿ ਦਈਏ ਵਿਚਾਰ ਵਟਾਂਦਰਾ ਕਰਾਂਗੇ, ਵਿਚਾਰ ਪਲੱਸ ਵਟਾਂਦਰਾ, ਵੀ ਤੂੰ ਮੈਨੂੰ ਆਪਣੇ ਵਿਚਾਰ ਦੇ ਜਾ ਤੇ ਮੈਂ ਤੈਨੂੰ ਆਪਣੇ ਵਿਚਾਰ ਦੇ ਦੇਵਾਂਗਾ, ਮੈਂ ਤੈਨੂੰ ਬਹੁਤ ਸੋਹਣੇ ਸੋਹਣੇ ਥੋਟ ਵਿਚਾਰ ਦੇਣੇ ਨੇ, ਲੈ ਕੇ ਜਾਵੀ। ਇਹ ਅਨੰਦਪੁਰ ਸਾਹਿਬ ਤੋਂ ਮਿਲਦੇ ਨੇ ਸ਼ੁੱਧ ਵਿਚਾਰ, ਜੇ ਲੈਣੇ ਹੋਣ ਤਾਂ। ਤੇ ਹੁਣ ਆਪਾਂ ਵੀ ਮਹਾਰਾਜ ਅੱਗੇ ਬੇਨਤੀ ਕਰੀਏ, ਸੱਚੇ ਪਾਤਸ਼ਾਹ ਬਖਸ਼ਿਸ਼ ਕਰੋ, ਸਾਨੂੰ ਵੀ ਸ਼ੁਭ ਵਿਚਾਰਾਂ ਵਾਲਾ ਤੁਸੀਂ ਜੀਵਨ ਦੇਵੋ। ਫਿਰ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਆ ਮੇਨ ਕਾਰਨ ਆ, ਮੇਜਰ ਕਾਰਨ ਆ, ਦਿੱਲੀ ਤੋਂ ਅਨੰਦਪੁਰ ਆਉਣਾ, ਵੀ ਸਿੱਖ ਦਾ ਦਿਮਾਗ ਗੁਲਾਮ ਨਹੀਂ ਹੁੰਦਾ। ਅੱਜ ਵੀ ਜਿਹਨਾਂ ਦੀ ਆਪਾਂ ਗੱਲ ਕਰਦੇ ਸੀ ਜੇਲ੍ਹਾਂ 'ਚ ਬੈਠੇ, ਭਾਵੇਂ ਸਰੀਰ ਉਹਨਾਂ ਦੀ ਕੋਠੀਆਂ 'ਚ ਬਣਦਾ, ਵੀ ਉਹਨਾਂ ਨੂੰ ਮੇਚੇ ਮੇਚੇ ਦੇ ਕਮਰੇ ਦਿੱਤੇ ਗਏ, ਵੀ ਜਿੱਡਾ ਸਰੀਰ ਉੱਡੇ ਹੀ ਕਮਰਾ, ਦੁੱਖ ਬਹੁਤ ਨੇਗੇ ਝੱਲ ਰਹੇ ਨੇ, ਪਰ ਉਹਨਾਂ ਦੇ ਸਰੀਰ ਗੁਲਾਮ ਆ, ਉਹਨਾਂ ਦੀ ਸੋਚ ਗੁਲਾਮ ਅੱਜ ਵੀ ਨਹੀਂ, ਇਹ ਮੰਨਣ ਵਾਲੀ ਗੱਲ ਆ। ਚਲੋ ਸਤਿਗੁਰੂ ਪਾਤਸ਼ਾਹ ਜੀ ਦਾ ਸੀਸ ਲੈ ਕੇ ਫਿਰ ਭਾਈ ਜੈਤਾ ਜੀ ਅਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੰਦੇ ਨੇ। ਰਸਤੇ ਵਿੱਚ ਪੰਜ ਪੜਾਅ ਹੁੰਦੇ ਨੇ, ਪੜਾਅ ਦਰ ਪੜਾਅ ਪਹੁੰਚਦੇ ਨੇ, ਪਰ ਪੰਜੇ ਪੜਾਵਾਂ ਦਾ ਅਲੱਗ ਅਲੱਗ ਜੇਕਰ ਆਪਾਂ ਇੱਕ ਪੜਾਅ ਦਾ ਮੇਨ ਜ਼ਿਕਰ ਕਰਨਾ ਗਾ, ਜਿਹੜਾ ਪੜਾਅ ਦੇਵਾ ਰਾਮ ਦੇ ਨਾਲ ਜੁੜਦਾ ਗਾ। ਭਾਈ ਦੇਵਾ ਰਾਮ ਮਨ ਦੇ ਵਿੱਚ ਵਿਚਾਰ ਬਣਾ ਰਹੇ ਨੇ, ਸੁਣਿਆ ਸੀ ਗੁਰੂ ਸਾਹਿਬ ਗ੍ਰਿਫਤਾਰ ਹੋ ਗਏ, ਦੇਵਾ ਰਾਮ ਤੇਰੇ ਨਾਲ ਮਾਲਕ ਨੇ ਵਾਅਦਾ ਕੀਤਾ ਸੀ ਮੈਂ ਆਊਂਗਾ, ਪਰ ਜੇ ਗ੍ਰਿਫਤਾਰ ਹੋ ਗਏ ਹੁਣ ਭਲਾ ਕਿੱਥੇ ਆਉਂਗੇ। ਜਾਨੀ ਕਿ ਆਪਣੇ ਦਿਮਾਗ ਦੇ ਵਿੱਚ ਦੇਵਾ ਰਾਮ ਨਾ ਗੁਰੂ ਦੇ ਬਚਨਾਂ ਨੂੰ ਪਾ ਕੇ ਆਪਣੇ ਦਿਮਾਗ ਦੇ ਤਰਾਜੂ ਨਾਲ ਤੋਲ ਰਿਹਾ ਗਾ, ਨਹੀਂ ਹੁਣ ਨਹੀਂ ਆਉਂਦਾ ਗੁਰੂ ਆਉਂਦਾ। ਇੱਕ ਗੱਲ ਥੋੜੀ ਸੋਚੋ ਪਿਆਰਿਓ, ਗੁਰੂ ਦੇ ਸਿੱਖਾਂ ਨੂੰ ਨਾ ਕਿੱਡੀ ਤਾਂਗ ਆ ਨਾ, ਗੁਰੂ ਆਉਂਦਾ ਨਹੀਂ ਹੈ ਹੌਕੇ ਲਈ ਜਾਂਦਾ ਹੈ, ਗੁਰੂ ਆਉਂਦਾ ਨਹੀਂ ਹੈ ਆਉਂਦਾ ਨਹੀਂ, ਗੁਰੂ ਆਹੀ ਪਾਠ ਪੜ੍ਹੀ ਜਾਂਦਾ। ਸਾਨੂੰ ਫਿਕਰ ਹੈਗਾ ਇਸ ਗੱਲ ਦਾ ਵੀ ਗੁਰੂ ਸਾਡੇ ਘਰੇ ਆਊਗਾ, ਆ ਗਿਆ ਤਾਂ ਨੀ, ਨਾ ਆਇਆ ਤਾਂ ਨੀ, ਆ ਗਿਆ ਤਾਂ ਵੀ ਉਹੀ ਬਾਂਹ ਕੁਹਾੜੀ ਆ,
माफ करना आ गया तामी उही बहा कुहाड़ी है। ये लफज क्यों वरते है? घर च बदला कोई नहीं, गुरु आ गया ना आया तामी उही कुछ है। बदला तो लेके ना कम से कम गुरु साढ़े घर सात दिन रहिंदा, नौ दिन रहिंदा, तीन दिन रहिंदा, बीस दिन रहिंदा, उन्ने दिन तक घर दे विच बदला होवे ना, बाकी तो छड्डो। पर नहीं, साडा वही सिस्टम है। पर गुरु दे सिख अंदर किन्नी भावना, मेरा गुरु आउंदा नहीं है मैं किवें करूं भावना। पर पड़ा दर पड़ा हुंदा होया भाई जैता जी दी पैरां दी खड़ाक आवाज गुरु दे सिख ने, देवा राम ने घाट ते बार बार ना कपड़े धो रहा गा ते सुनी मूह नेरा गा। राधा भक्त होण लग्या गा, शाम पै चुकी आ। जो खड़ाक सुनी पुछे कौन आ भाई? भाई जैता जी कहिंदे जानी कि किदम बोले भी तुसी कौन हो, तुसी आ टाइम इत्थे खड़े होंगे? वो कहिंदा मैं तां धोबी आ, कपड़े धोना आ, थोड़े जे कपड़े बच गए सी, नेरा हो गया, मां चल नवेड़ी चल गए। पर तू जदे दा का तू तकिया खड़ा होके वेख्या गुरु दा सिख, ते देवा राम कहिंदा गुरु दे सिखा मैं एक गल पुछनी है, मेरे अंदर बड़ी तांग आ। वो गल केड़ी पुछनी आ? मैं तो ना गुरु तेग बहादुर साहब बारे जानकारी लैनी है। उन्होंने सुनिया सी गिरफ्तारी होगी? जैता जी कहिंदे हाँ होगी। अच्छा तैनूं पता भी गिरफ्तारी होगी पक्का? वो कहिंदा हाँ पक्का पता। अच्छा जे तैनूं पता भी गिरफ्तारी होगी तो उदों अगे की होया? फिर उदू अगे गुरु दा सिख भाई जैता जी कहिंदे गुरु दी गिरफ्तारी होगी, ओ दिल्ली चले गए, नाल उन्हां दे तीन सिख ने, पंज सिख ने, वह भी चले गए। जो इदां दीआं गल्लां निक्कियां निक्कियां करनियां शुरू कीतियां ना, ते देवा राम विच दी बोल पिया कहिंदा मेरे नाल ना गुरु ने दावा कीता सी भी मैं तेरे घरे आऊंगा। गुरु दे सिखा जिहड़ियां गल्लां तू करी जाना ना, गिरफ्तारी होगी, नाल पंज सिख गए ने, ते मैनू तां लगदा हुण गुरु मेरे घरे आउंदा, मैनू लगदा मेरे घरे गुरु आउंदा नहीं। ते भाई जैता जी बोल पे कहिंदे ओ गुरु दे सिखा माड़ा जिहा गौर कर, तेरे भरोसे च कमी हो सकदी आ, तू अपने दिमाग दे तराजू च पा के ना इस गल नूं तोलना भी गुरु तेरे घरे आउंदा नहीं। जे उहने कहा तां ओह जरूर आऊगा। जो आ गल कही ना भी जे गुरु ने कहा भी जरूर आऊगा, तेरे भरोसे च कमी हो सकती है, पर अपने दिमाग विच ना ए गल ना सोच भी गुरु आउंदा नहीं, गुरु आउंदा नहीं, ये ना सोच। देवा राम नूं जैता जी दीआं गल्लां लगियां वधिया, गुरु दे सिख दीआं गल्लां ना चंगियां लगियां। कहिंदा पक्का तैनूं पक्का यकीन आ गुरु मेरे घरे आऊगा? वह कहिंदा हां। कहिंदा फिर चंगा इउं कर, आपदी छावड़ी चक, जो तेरे कपड़े पड़े ने हाथ विच, तू की बेचदा फिरदा मैनूं नहीं पता इस गल नाल, ते तू ना मेरे घरे चल, ते तू मैनूं घरे अज दी रात गुरु दीआं गल्लां सुणा के जा। आ आ गुरु दे सिख दा प्यार आ, गुरु दी सिख्या नाल, गुरु दी बाणी नाल, गुरु दीआं गल्लां नाल। ताईं मैं पढ़दे ना बबाणियां कहानियां पुत सुपुत करेण, गुरु दी गल, गुरु दी कहानी, गुरु दी बाणी बंदे नूं पुत तो सुपुत्र बना दिंदी आ। ते तू ना इन्नियां सोहणियां गल्लां करदा, फिर तू इत्थे रुक जा, चुप कर जा, हुण मैं कल नूं कपड़े तूं चल मेरे नाल मेरे घरे, ते आपां ना घरे चल के गल्लां बातां करांगे। जिहड़ा कुछ तू बेचदा ना ये तू आपदा कल नूं बेचनी, अज दी रात मेरे कोले कट जा, जिन्ना कि तेरा खर्चा वर्चा होऊगा तैनूं मैं अपने वल्लों दे के तोर दूं, तू मेरे कोले रहि पा अज दी रात, गल्लां सुण। जो देवा राम ना आपदे घरे ले गया, चलो घर दे विच पहुंचे, रस्ते विच भी गल्लां करदे जांदे आ, ते गुरु पातशाह दे सिख बाबा जैता जी ने पुछ लिया प्यारियां प्यारियां गल्लां करदे आ भी जे गुरु घरे पहुंच गए, जे गुरु तेरे कोले आ जाए, सिखा देख तेरा निक्का जिहा घर कोई बहुता वड्डा नहीं है। ते देवा राम कहिंदे तां मैं पहिलां अरदास कीती सी पातशाह मेरा घर भावें निक्का जा, मेरे घरे भावें दो डंग दी रोटी भी नहीं बनदी, मैं मेहनत मजदूरी करन वाला बंदा गा, पर मेरे घरे आवीं ते मैं तैनूं
बहुत सोहने ढंग दे नाल ना प्रशादा छकाउणा ते सेवा करनी है मेरे मन दी भावना। पर गुरु दे सिखा तेरा घर बड़ा छोटा, जे गुरु भला तेरे घरे आ जे, बाबा जैता जी कहिंदे ने, ते तू बहावेगा किथे। जदों आ गल कही ना रंग रतड़े ने जिदे मन विच गुरु प्रथाए किन्ना चागा अण लग चौंकी बनाई बैठा गा। कहिंदा चौंकी तां ना पातशाह वास्ते मैं उदी बनवा ली सी, जिदे बेनती करती सी जिदे तू मेरे घरे आवेगा ना आ चौंकी ते बहाऊ। जो चौंकी लिया के रख दी ना सामने देवा रावण दे, देवा राम दे घर वाली ने, ते गुरु दा सिख भाई जैता जी कहिंदा ना फिर कल्ली चौंकी दी बहाएगा, ये लकड़ दी बैठणगे गुरु साहब, उत्ते कोई बसाई नहीं करदा गा। नाल दी नाल झट चादर भी लियांदी, कहिंदा आ देख बिलकुल अण लग कपड़े, मैं इन्ना उपर गुरु नूं सजाऊंगा जे आ जे। बाबा जैता जी ने जेड़े हाथ विच चादरां च लपेटिया ना छावड़ी फड़ी हुई हैगी, वह अपना गुरु पातशाह वाला सीस उस चौंकी ते रखता। जदों चौंकी ते रखता ना देवा राम कुरला उठिया, वह कहिंदा गुरु दिया सिखा कहिंदा ए गुरु वास्ते मैं बिलकुल अणलग कपड़े ते अणलग चौंकी रखी हुई है, चक अपनी छावड़ी, कहिंदा ये नहीं रखनी इत्थे, जिन्ना टाइम मेरा गुरु नहीं बहिंदा उन्ना टाइम मैं किसे काम दे विच कपड़े चादरां ते ए चौंकी वरतनी नहीं है, चक ला अपना जो समान आ तेरा है। ते बाबा जैता जी बराग दे विच आ गए, कहिंदे देवा राम जिन्हों उड़ीकदा ना जिदे वास्ते चौंकी बनाई आ, जिदे वास्ते अणलग चादर रखी आ, देवा राम कहिंदा है उही, ए ए किस रूप च की गल मैनूं समझा। ते बाबा जैता जी कहिंदे देख रूप गुरु दा कोई भी हो सकदा, पर गुरु तेरे घर विच आ गया, तेरी भावना संपूर्ण हो गई, जिस चौंकी ते बहाउण दा निश्चा ओ चौंकी ते गुरु बह गया, ओ चादर ते गुरु बह गया, पर एक शर्त है गुरु दे मैं दर्शन करवा देवांगा। देवा राम नूं काला हो गया, पै गया काला, अंदरों मन काला पै गया, मैनूं फटाफट दर्शन करवा, मैं दर्शन करवा देवांगा इक पख ते। मेरी शर्त आ मेरियां अखां दीआं पलकां दे अंदरले पासे जाके वेख, मैं हंझूआं दा ना हड़ रुकी बैठा हां। आ गुरु साहब का सीस आनंदपुर वाहगुरु दिल्ली तो लियाना ना कोई आम गल नहीं, बहुत बड़ी गल, बड़ी बड़ी सेवा। मैं हड़ अखां दे विच रुकी बैठा अथरुआं दे, बस मेरी बेनती आ तू चीक ना मारी, भुब ना मारी, रोई ना, देखी तेरी अख चो हंजू ना डिग पे, तू रोवेगा गड़बड़ हो जू, किसी पता लग जू मेरा पेंडा बहुत आ, मेरी सेवा अधूरी रह जू, ए ता तेरा प्यार सी, तेरे बचन पगाउने सी, गुरु ता तेरे घरे आ गया, नहीं मैं तेरे घरे नहीं सी आउना। पहली चादर लाही फिक्का जा मैला दिसिया, दूजी चादर लाही होर गूढ़ा मैला दिसिया, तीजी चादर लाही गुरु पातशाह दे खून नाल भिजे दाड़े दे केस चादर नाल चुंबड़े पए ने, देवा राम ने दर्शन कीते रहा ना गया, भुब मार के रोन लग्या, ते भाई जैता जी ने मुख ते हाथ धर लिया, अपनी शर्त ते सिखा खरा रह, उच्ची रोवेगा पता लगूगा मेरा पेंडा मैथों तय नहीं होना, वेखला ये कम ना कर। देवा राम ने बड़े बराग दे विच भिज के गुरु दे दर्शन कीते, सचे पातशाह तेरा सिख तेरे बचना नाल तेरे बचन नाल करके ना टुट सकदा, पर तू किड्डा बचना दा बलिया, सूर वीर बचन के बली, ये गुरबाणी च लिखा हैगा, रब दे प्यारे बचना दे पक्के हुंदे ने, इउं भी लिखियागा पातशाह ने, बचन करे ते खिसक जाए सोई नर कच्चा। पातशाह कहिंदे जिहड़ा गल करके मुकरदा ना बचन करके मुकरदा ओह सब तो दुनिया च निकम्मा, ते अज साडा सुभाव बन गया गल कहणी ते मुड़ के
मुकरना, पर गुरु नहीं मुकरदा। गुरु साहब ने जे वचन कीते सी मैं तेरे घर विच आवांगा ते गुरु साहब घर विच पहुंचे, देवा राम ने रज के दर्शन कीते, बरागमई हंजू केरदा केरदा पुछदा सिखा जिथे मेरे गुरु ने एडी मेरी लाज रखी है, मेरे घर गरीबड़े दे पहुंचे ना ते मेरी भावना सी मैं सेवा करनी है, गुरु नूं भोजन छकाउणा, मैं किहड़े रूप विच भोजन छकावां, किहड़े रूप विच मैं गुरु दी सेवा करां, इह तूं ही दस मैनूं, मैनूं कुछ नहीं औड़दा। जो देवा राम ने गल कही, बाबा जैता जी कहिंदे जे तू सेवा करनी आ शायद भोजन नहीं छकणगे, गुरु साहब तेथों सेवा लैणगे, तुसीं दोवें जणे पति पत्नी दोवें जणे रज के सेवा करियो। किस रूप च करनी आ? मेरा शरीर ना मैनूं साथ नहीं दिंदा, मैं दिलों चलिया भजे ही आउणागा, थक चुकिया, मैनूं अज दी इह रात तेरे घर दे विच विश्राम कर लैण दे, मैनूं सौं लैण दे, दो थकावट ना लैण दे, ते तू ना निगाह रखी ते गुरु पातशाह दे सिर ते चौर कर। फिर उथे अपने वल्लों ना कपड़े दा चौर बना के देवा राम ते देवा राम दी पत्नी ने दोवां जणिआं ने गुरु साहब दे चरणा विच बैठ के सारी रात गुरु दा जस कीता, गुरु दी बड़ियाई कीती ते गुरु साहब दे सीस ते चौर कीता, सवखता होया, अमृत वेला होया, रब दे प्यारे उठे, हरी दा जस कीर्तन गायन कीता, जणी कीर्तन मींज विचारां कीतियां, जल पानी छकिया ते सुबह रवानगी आनंदपुर साहब वल पा दित्ती। रस्ते विच दो पड़ा होर ने, गुरु पातशाह जी दा सीस लेके उत्थे पहुंचदे आ, अखीर कीर्तपुर साहब पहुंचे। कीर्तपुर साहब गुरु साहब जी पहुंचे हुए ने, सिनेहा पहला लग चुकिया, धन गुरु गोबिंद सिंह महाराज ते कीर्तपुर साहब दी धरती तो गुरु साहब जी दे सीस नूं पालकी दे विच सुशोभित करके ते माता गुजर कौर जी दे कोल आनंदपुर साहब लजाया गया। आनंदपुर साहब जदों सीस गुरु पातशाह जी दा पहुंचिया ते उत्थे गुरु गोबिंद सिंह महाराज ने बाबा जैता जी नूं बर बर दित्ता सीगा ते वरकड़ा दिता सीगा। गुरु गोबिंद राय जी ने चौंकी बाबा जैता जी दे बरोबर डाही, क्योंकि गुरु गोबिंद राय जी 9 साल दी उम्र दे ने ते बाबा जैता जी मन्या जांदा 40 तो 42 साल दी विचकारली उम्र दे विच, जणी कि उम्र विच वड्डे ने, कद भी वड्डा, बरोबर कद करके अपनी छाती नाल लाया। दुनिया दा पहला इतिहास आ जिथे पुत दी उम्र वड्डी होवे ते बाप दी उम्र छोटी होवे। दुनिया दे विच रीत, दुनिया दी नहीं रब दी रीत आ, इह प्यो दी उम्र वड्डी हुंदी आ ते पुत दी उम्र छोटी हुंदी आ। पिता का जन्म क्या जानै पूत, पर इह सवाल आ इत्थे प्यो दे जन्म बारे, पिता दे जन्म बारे ना बच्चा कुछ नहीं कह सकदा भी मैं उदों किहो जी अवस्था विच सी, इहदे बारे कुछ नहीं बोल सकदा। पर अज दुनिया दा इतिहास बदल गया, पुत 40-42 साल दी उम्र दा ते बापू 9 साल दी उम्र दा, बख्शिश कीती है तुम रंग रेटे, गुरु के बेटे दा खिताब दिता, तू गुरु दे रंग विच रंगिया गया। धन गुरु तेग बहादुर साहब दा सीस जिथे गुरद्वारा सीस गंज बनिया गया, आनंदपुर साहब की धरती से उथे संस्कार किया गया। माता गुजर कौर ने अपनी झोली विच सीस पवाया पर अख दे विचों हंजू नहीं किरिया। माता गुजर कौर की उम्र भी कोई बहुती वड्डी नहीं, 42-45 साल की उम्र बहुती नहीं है, जवानी कह सकते हैं आपां, पर जवानी दे विच वी माता जी ने एक भी हंजू अपनी अख दे विचों नहीं किरिया। रब दे भाणे विच रहिंदिया अज गुरु साहब दा सीस दिल्लियों आनंदपुर साहब पहुंच के माता गुजर कौर नूं बहुत कुछ सिखा गया, बहुत कुछ पढ़ा गया। माता आउण वाला टाइम इदों भी तेरे झोली विच वध के सीस पैणे ने, पता नहीं किन्ने क सीस तेरी झोली विच पैणे ने, जिन्ने सीस बाद विच पए उह माता गुजर कौर ने सारे अपनी भावे सरसा ते बिछड़े हुए डुबे हुए सिंह ने, भावे घेरे विच घिरन वेले किन्ने सिंह शहीद होए ने, भावे साही टिब्बी ते किन्ने सिंह शहीद होंदे ने, भावे चमकौर साहब दी गढ़ी दे शहीद ने, सारे सीस माता गुजर कौर ने ना 7 दिनां दे विच विच अपनी झोली च पवा के अखीर इस दुनिया तो ज्योति ज्योत समा गए। सो इतों तक अज दी विचार समाप्त, थोड़ा टाइम ज्यादा लग गया, भुलां दी खिमा। धन्नवाद। वाहिगुरु जी का खालसा, वाहिगुरु जी की फतेह। राम कली महला तीजा, नानक ओंकार सतगुर प्रसाद।